ਵੇਖੋ ਜਿਹੜੀ ਅੱਜ ਜਿਹੜੀ ਕਨਵੈਨਸ਼ਨ ਹੋਈ ਆ ਅਤੇ ਔਰ ਜਿਸ ਤਰੀਕੇ ਦੇ ਨਾਲ ਵਰਕਰ ਆਏ ਨੇ ਔਰ ਜਿਸ ਮਾਹੌਲ ਦੇ ਵਿੱਚ ਅੱਜ ਮੀਟਿੰਗ ਹੋ ਰਹੀ ਹੈ, ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਹੈ ਕਿ ਪੰਜਾਬ ਦੇ ਲੋਕ ਕਿਸ ਤਰਫ ਜਾ ਰਹੇ ਨੇ। ਦਿੱਲੀ 'ਚ ਰੋਕਾਂ ਲਾਈਆਂ ਜਾ ਰਹੀਆਂ ਨੇ। ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ, ਅਤੇ ਜੇ ਉੱਥੇ ਜਾਣ ਲਈ ਪਾਕਿਸਤਾਨ ਵੱਲ ਤਾਂ ਕੰਡੇਵਦਾਰ ਤਾਰ ਲਾਈ ਜਾ ਸਕਦੀ ਆ। ਚਾਈਨਾ ਜਿਹੜਾ ਹਰ ਰੋਜ਼ ਅੰਦਰ ਵੜ ਰਿਹਾ, ਉਹਦੇ ਲਈ ਤੁਸੀਂ ਰੋਕਾਂ ਨਹੀਂ ਲਾ ਰਹੇ। ਪਾਕਿਸਤਾਨ 'ਚੋਂ ਹਰ ਰੋਜ਼ ਸਾਡੇ ਕੋਲ ਡਰੋਨ ਆ ਰਹੇ ਨੇ, ਹਥਿਆਰ ਆ ਰਹੇ ਨੇ, ਨਸ਼ਾ ਆ ਰਿਹਾ, ਉਹ ਰੋਕਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਜਿਹੜੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਸਾਨ ਦਿੱਲੀ ਨੂੰ ਜਾ ਰਹੇ ਨੇ, ਉਹਨਾਂ ਲਈ ਜ਼ਰੂਰ ਅਸੀਂ ਰੋਕਾਂ ਖੜੀਆਂ ਕਰ ਰਹੇ ਹਾਂ। ਮੈਂ ਮੋਦੀ ਸਰਕਾਰ ਨੂੰ ਇੱਕ ਦੱਸਣਾ ਚਾਹੁੰਦਾ ਕਿ ਇਸੇ ਪੰਜਾਬ ਤੋਂ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੀ ਰਾਖੀ ਲਈ, ਕਸ਼ਮੀਰ ਦੇ ਜਿਹਦੇ ਵਿੱਚ ਹਿੰਦੂ ਆਏ ਸੀ ਅਤੇ ਉਹਨਾਂ ਦੀ ਰਾਖੀ ਲਈ ਅਨੰਦਪੁਰ ਸਾਹਿਬ ਤੋਂ ਇਸੇ ਰਸਤੇ ਗਏ ਸੀ ਦਿੱਲੀ, ਅਤੇ ਉੱਥੇ ਆਪਣਾ ਸੀਸ ਦੇ ਕੇ ਆਏ ਸੀ। ਅਤੇ ਗੁਰੂ ਤੇਗ ਬਹਾਦਰ ਪੰਜਾਬ ਦੀ ਚਾਦਰ ਬਣ ਕੇ ਨਹੀਂ ਸੀ ਉੱਥੋਂ ਆਏ, ਸ਼ਹਾਦਤ ਤੋਂ ਬਾਅਦ ਦੇਸ਼ ਦੀ ਚਾਦਰ ਬਣੀ, ਹਿੰਦ ਦੀ ਚਾਦਰ ਬਣੀ ਸੀ। ਅਤੇ ਜਿਹੜੀ ਤੁਸੀਂ ਬਾਅਦ 'ਚ ਗੱਲਾਂ ਚੱਲਦੀਆਂ ਨੇ, ਕੱਲ੍ਹ ਪਰਸੋਂ ਦੀਆਂ ਬੜੀਆਂ ਚੱਲ ਰਹੀਆਂ ਨੇ ਕਿ ਅਕਾਲੀ ਦਲ ਔਰ ਬੀਜੇਪੀ ਦਾ ਅਲਾਇੰਸ ਹੋਏਗਾ। ਬਿਲਕੁਲ, ਇਹ ਪਹਿਲਾਂ ਵੀ ਪਤਾ ਸੀ, ਪਹਿਲਾਂ ਵੀ ਇਲੈਕਸ਼ਨ ਤੋਂ ਪਹਿਲਾਂ ਅਕਾਲੀ ਦਲ ਨੇ ਇਸ ਕਰਕੇ ਤੋੜਿਆ ਕਿ ਪੰਜਾਬ ਦੇ ਵਿੱਚ ਲੋਕਾਂ ਵੜ ਨਹੀਂ ਦੇਣਾ। ਤੁਸੀਂ ਜਿਸ ਆਦਮੀ ਨੇ ਮੁੱਖ ਦੋਸ਼ੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ ਜੋ ਮੁੱਖ ਦੋਸ਼ੀ ਸੀ, ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਚ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ, ਅਤੇ ਜਦੋਂ ਸਾਨੂੰ 3 ਮਹੀਨੇ ਮੇਰੇ ਤੋਂ ਹੋਰ ਜ਼ਿਆਦਾ ਕੋਸ਼ਿਸ਼ ਕੀਤੀ। ਉਸ ਬੰਦੇ ਦੀ PO ਹੋਵੇ, ਕੋਰਟ ਵੱਲੋਂ PO ਹੋਵੇ, ਕੋਈ ਪੰਜਾਬ ਪੁਲਿਸ ਵੱਲੋਂ ਨਹੀਂ, ਕੋਰਟ ਵੱਲੋਂ PO ਹੋ ਗਿਆ, ਉਹਦੀ LOC ਜਾਰੀ ਹੋ ਜਾਵੇ ਕਿ ਜਿਹੜੀ ਉੱਥੇ ਏਅਰਪੋਰਟਾਂ ਦੇ ਉੱਤੇ ਉਹਦੀ ਫੋਟੋ ਲੱਗ ਜਾਵੇ, ਅਤੇ ਉਹ ਦੇਸ਼ ਦੇ ਹੋਮ ਮਿਨਿਸਟਰ ਦੇ ਨਾਲ ਜਿੰਨੇ ਹਿੰਦੁਸਤਾਨ ਦਾ ਲਾਅ ਐਂਡ ਆਰਡਰ ਵੇਖਣਾ, ਅਤੇ ਜਿੰਨੇ ਗੁੰਡਿਆਂ ਨੂੰ ਵੇਖਣਾ, ਅਤੇ ਜਾਂ ਭਗੌੜਿਆਂ ਨੂੰ ਵੇਖਣਾ, ਉਹਦੇ ਨਾਲ ਉਹਦੀਆਂ ਫੋਟੋਆਂ ਆਉਣ। ਅੱਜ ਨਾਗਰਾ ਸਾਹਿਬ ਬੜੇ ਤਲਖੀ ਦੇ ਵਿੱਚ ਨਜ਼ਰ ਆ ਰਹੇ ਸੀ, ਤੁਹਾਨੂੰ ਬੜੀ ਵਾਰ ਉਹਨਾਂ ਨੇ ਪਿੰਨ ਆਊਟ ਕੀਤਾ ਕਿ ਰੰਧਾਵਾ ਸਾਹਿਬ ਧਿਆਨ ਨਾਲ ਸੁਣੋ, ਧਿਆਨ ਨਾਲ, ਬਿਲਕੁਲ ਕਿਹੜੇ ਮੁੱਦਿਆਂ ਦੀ ਗੱਲ ਕਰ ਰਹੇ ਸੀ? ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੀ ਆ ਕਿ ਕੈਪਟਨ ਅਮਰਿੰਦਰ ਸਿੰਘ ਵਾਂਗੂ ਕੁਛ ਲੀਡਰ ਅੱਜ ਵੀ ਕਿਤੇ ਅੰਦਰੋਂ ਗੰਢ ਤਰੁੱਪ ਤਾਂ ਨਹੀਂ ਕਰ ਰਹੇ। ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਜਿਹਦੇ 'ਚ ਕਾਂਗਰਸ ਦਾ ਖੂਨ ਆ, ਉਹ ਅੱਜ ਦੀ ਰੈਲੀ 'ਚੋਂ ਨਾਂ ਨਹੀਂ ਸੀ ਕਰ ਸਕਦਾ। ਮੈਨੂੰ ਪ੍ਰੈਸ ਵਾਲਿਆਂ ਪੁੱਛਿਆ ਕਿ ਸਿੱਧੂ ਸਾਹਿਬ ਕਹਿੰਦੇ ਕਿ ਮੈਨੂੰ ਸੱਦਾ ਨਹੀਂ ਮਿਲਿਆ, ਆਹ ਜਿਹੜੇ ਮੇਰੇ ਪਿੱਛੇ ਖੜੇ ਨੇ, ਆਹ ਮੇਰੇ ਇੱਕ ਨੰਬੜਦਾਰ ਮੇਰੇ ਖਿਆਲ ਬਿਮਾਰ ਵੀ ਆ, ਕਿਡਨੀ ਪ੍ਰੋਬਲਮ ਆ, ਅਤੇ ਮੈਂ ਉਹਨੂੰ ਪੁੱਛਿਆ ਮੈਂ ਨੰਬੜਦਾਰਾਂ ਤੋਂ ਬਿਮਾਰ ਹਾਂ, ਕਹਿੰਦਾ ਕਾਂਗਰਸ ਦਾ ਕੰਮ ਹੋਵੇ ਤਾਂ ਮੈਂ ਨਾ ਪਹੁੰਚਾਂ, ਅੱਜ ਕਾਂਗਰਸ ਦੀ ਰੈਲੀ ਹੋਈ ਤਾਂ ਸਾਨੂੰ ਸੱਦੇ ਪਹੁੰਚਣਗੇ, ਅਤੇ ਜਿਹੜਾ ਮੈਨੂੰ ਸੱਦਾ ਆਇਆ ਮੈਂ ਭੇਜ ਦਿੰਦਾ, ਮੈਨੂੰ ਵੀ ਕੋਈ ਨਹੀਂ, ਮੈਨੂੰ ਮੈਸੇਜ ਆਇਆ, ਇਹਨਾਂ ਮੈਨੂੰ ਪਤਾ ਮੇਰੇ ਇਲਾਕੇ ਦੇ ਲੋਕ ਮੈਂ ਭੇਜੇ ਨੇ, ਮੇਰੇਥੋਂ ਅਸੀਂ ਲੈ ਕੇ ਆਏ ਹਾਂ, ਬਾਕੀ ਸਾਰੇ ਲੀਡਰ ਲੈ ਕੇ ਆਏ, ਕੀ ਗੱਲ ਇਹ ਕੀ ਗੱਲ ਅਸੀਂ ਇਹਦੇ ਤੋਂ ਉੱਪਰ ਹਾਂ? ਜਿਹਦੇ ਵਿੱਚ ਕਾਂਗਰਸ ਦਾ ਮਾੜਾ ਜਿਹਾ ਵੀ ਉਹਦੇ 'ਚ ਹੈਗੀ ਆ, ਕਈਆਂ ਲੋਕਾਂ ਨੂੰ ਮੈਨੂੰ ਕਹਿਣਾ ਨਹੀਂ ਪੈ ਰਿਹਾ, ਕਈਆਂ ਲੋਕਾਂ ਨੂੰ ਕਾਂਗਰਸ ਅੱਜ ਵੀ ਹਜ਼ਮ ਨਹੀਂ ਹੋ ਰਹੀ, ਉਹਨਾਂ ਨੂੰ ਸਾਨੂੰ ਜਲਾਬ ਦੇਣਾ ਪੈਣਾ। ਪਤਾ ਕਿ ਤੁਹਾਨੂੰ ਵੇਟ ਕਰੋ, ਕੋਈ ਗੱਲ ਨਹੀਂ, ਕਾਂਗਰਸ ਦੀ ਜਿਹੜੀ ਹੈਗੀ ਆ, ਕਾਂਗਰਸ ਆ ਵਰਕਰ ਹੀ ਸਾਨੂੰ ਜਲਾਬ ਦੇ ਦਿੰਦੇ ਹੁੰਦੇ, ਦਿੱਤੇ ਆ ਨਾ। ਕੋਈ ਅਫਸੋਸ ਨਹੀਂ, ਕੈਪਟਨ ਅਮਰਿੰਦਰ ਸਿੰਘ ਗੁਰੂ ਦੀ ਜਿਹੜੀ ਸਹੁੰ ਖਾਧੀ ਸੀ
ਉਹਦੇ 'ਚ ਅਸੀਂ ਕਹਿ ਸਕੀਏ ਤੁਸੀਂ ਝੂਠੀ ਸਹੁੰ ਖਾ ਕੇ ਆਏ ਹੋ। ਕਾਂਗਰਸ ਨੇ ਜ਼ਰੂਰ ਇੱਕ ਸਾਲ ਲੇਟ ਕੀਤਾ, ਅਸੀਂ ਇੱਕ ਸਾਲ ਪਹਿਲਾਂ ਕਿਹਾ ਸੀ ਕਿ ਇਹਨੂੰ ਚੇਂਜ ਕਰ ਦਿਓ, ਇਹ ਸਾਡਾ ਕਸੂਰ ਨਹੀਂ ਸੀ, ਹਾਈ ਕਮਾਂਡ ਦਾ ਕਸੂਰ ਸੀ ਜਿਹੜਾ 3 ਮਹੀਨੇ ਪਹਿਲਾਂ ਲੇਟ ਕੀਤਾ। ਅੱਜ ਰਿਜ਼ਲਟ ਕੋਈ ਹੋਰ ਹੁੰਦੇ, ਕੋਈ ਅਫਸੋਸ ਨਹੀਂ ਕਿ ਜਿਹੜਾ ਆਦਮੀ ਉੱਥੇ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਬਠਿੰਡੇ ਦੇ ਵਿੱਚ ਕਹਿ ਕੇ ਮੈਂ ਕਸਮ ਖਾਂਦਾ ਅਤੇ ਆਪਣੀ ਕਸਮ ਤੋਂ ਦੌੜ ਜੇ, ਉਹ ਸਿੱਖ ਨਹੀਂ ਮੈਂ ਮੰਨਦਾ। ਅੱਛਾ, ਇੰਡੀਆ ਅਲਾਇੰਸ ਦਾ ਤਾਂ ਮੁੱਦਾ ਹੀ ਹੁਣ ਖਤਮ ਹੋ ਗਿਆ ਰੰਧਾਵਾ ਸਾਹਿਬ, ਕੇਜਰੀਵਾਲ ਹੋਰਾਂ ਨੇ ਕਹਿ ਦਿੱਤਾ ਇਸੇ ਮਹੀਨੇ ਉਹਨਾਂ ਦੇ ਵੱਲੋਂ ਆਪਾਂ ਉਹਨਾਂ ਕੱਲ੍ਹ ਕੀਤਾ, ਆਪਾਂ ਦੇ ਬਹੁਤ ਦਿਨ ਪਹਿਲੇ ਅਨਾਊਂਸ ਕਰ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਦੇ ਅਲਾਇੰਸ ਅਸੀਂ ਨਹੀਂ ਕਰਾਂਗੇ, ਆਪਣੀ ਕਾਂਗਰਸ ਪਾਰਟੀ ਦੀ ਹੋਂਦ ਖਤਮ ਨਹੀਂ ਕਰਾਂਗੇ। ਉਮੀਦਵਾਰਾਂ ਦਾ ਐਲਾਨ ਕਦੋਂ ਤੱਕ ਹੋ ਜਾਏਗਾ ਕਾਂਗਰਸ? ਉਹ ਤੁਸੀਂ ਫਿਕਰ ਨਾ ਕਰੋ, ਜੇ ਤੁਸੀਂ ਬਣਨਾ ਬਣਾ ਦਿੰਦੇ ਸੋ। ਇਹ ਸਨ ਸਾਡੇ ਨਾਲ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੇ ਪੰਜਾਬ ਕਾਂਗਰਸ ਦੇ ਇਸ ਉਪਰਾਲੇ ਨੂੰ ਪਹਿਲੀ ਕਨਵੈਨਸ਼ਨ ਦੀ ਤਾਂ ਤਾਰੀਫ ਕੀਤੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਨਿਸ਼ਾਨੇ ਸਾਧੇ ਕਿ ਸੱਦਾ ਤਾਂ ਕਿਸੇ ਨੂੰ ਵੀ ਨਹੀਂ ਆਇਆ ਸੀ, ਇੱਕ ਮੈਸੇਜ ਆਇਆ ਸੀ ਅਤੇ ਅਸੀਂ ਵੱਧ ਚੜ੍ਹ ਕੇ ਪਹੁੰਚੇ ਹਾਂ ਅਤੇ ਜਿਨ੍ਹਾਂ ਦੇ ਰਗਾਂ 'ਚ ਕਾਂਗਰਸੀ ਖੂਨ ਹੈ ਉਹ ਕਿਸੇ ਵੀ ਹਾਲਾਤ 'ਚ ਹੋਵੇ ਉਹ ਪਹੁੰਚਣਾ ਜ਼ਰੂਰ ਸੀ ਅਤੇ ਨਾਲ ਹੀ ਅਕਾਲੀ ਦਲ ਦੇ ਉੱਤੇ ਵੀ ਸਵਾਲ ਚੁੱਕੇ ਨੇ। ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ, ਸਕਾਈ ਨਿਊਜ਼ ਪੰਜਾਬ, ਸਮਰਾਲਾ।